ਅਸਲਾਮ ਅਲੈਕਮ ਸਿਆਸੀ ਦੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਆ ਕਰੇ ਮਿੱਠਾ ਜੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਹੱਥਕੜੀ ਲੱਗੀ ਰੰਗੀਲਾ ਜੀ ਨੂੰ ਔਰ ਉਸ ਤੋਂ ਬਾਅਦ ਉਹਨਾਂ ਚੂਹੇਵਾਰ ਗੋਲੀਆਂ ਜਿਹੜੀਆਂ ਉਹ ਖਾਧੀਆਂ ਜਿਹੜਾ ਕਿ ਉਹਨੂੰ ਹੱਥਕੜੀ ਲਾਣ ਵਾਲਿਆਂ ਨੂੰ ਪਤਾ ਲੱਗ ਦੱਸਿਆ ਗਿਆ ਕਿ ਜੀ ਮੈਂ ਗੋਲੀਆਂ ਖਾ ਲਿਆ ਨੇ ਔਰ ਮੇਰਾ ਸਾਰਾ ਮੁੱਦਾ ਤੁਹਾਡੇ ਤੇ ਪਵੇਦਾ ਹਜ਼ਰਤ ਉਹਦੀ ਉਹਦੇ ਚੱਕਵੇਂ ਚੈੱਕ ਕਰ ਇਸ ਵਾਸਤੇ ਅਸੀਂ ਵੀ ਉਹ ਖਬਰ ਚਲਾਈ ਕਿ ਉਹ ਫੜਿਆ ਗਿਆ ਜਦੋਂ ਹੱਤਕੜੀ ਲੱਗ ਗਈ ਤੇ ਫੜਿਆ ਗਿਆ ਅਲ ਜਜ਼ੀਰਾ ਟੀਵੀ ਨੇ ਵੀ ਚਲਾ ਦਿੱਤੀ ਕਿ ਹਰਾਸਤ ਦੇ ਵਿੱਚ ਆ ਗਿਆ ਇਹਨੂੰ ਜਹਾਦੀ ਚ ਪਾ ਕੇ ਲਾਹੋ اسلامਾਬਾਦ ਲੈ ਕੇ ਜਾਣਾ ਖਬਰ ਫੈਲ ਗਈ ਇਹਨੇ ਮੈਸੇਜ ਛਾੜ ਦਿੱਤੇ ਕਿ ਮੈਂ ਪੁਲਿਸ ਫੜਨ ਆ ਚੁੱਕੀ ਏ ਨਮੀ ਆਪਣੀ ਪਾਰਟੀ ਦੀ ਕਿਆਦਤ ਦਾ एलान ਵੀ ਕਰ ਦਿੱਤਾ ਸਾਰਾ ਕੁਝ ਕਰ ਦਿੱਤਾ ਕੱਪੜੇ ਵੀ ਬਦਲ ਲਿਆ ਲੇਕਿਨ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਵੀ ਇਹ ਤੇ ਚੂਹੇ ਵਾਲੀ ਅੰਗੋਲੀਆਂ ਨਹੀਂ ਸੀ ਇਹ ਤੇ ਉਹਨੇ ਡਰਾਮਾ ਕੀਤਾ ਪੁਲਿਸ ਨਾਲ ਇਹਨੇ ਚਕਮਾ ਦੇ ਦਿੱਤਾ ਔਰ ਚਕਮਾ ਦੇ ਕੇ ਤੇ ਰਾਤ ਆਪਣੀ ਹੱਥ ਘੜੀ ਤੋਂ ਬਚਾ ਲਈ ਫੜਿਆ ਗਿਆ ਸੀ ਲੇਕਿਨ ਉਹਨੇ ਖੇੜਿਆ ਸੀ ਖੇਡੀ ਤੁਹਾਨੂੰ ਪਤਾ ਇੱਕ ਛਾਤਰ ਸ਼ੈਤਾਨ ਆਦਮੀ ਉਹਨੇ ਕਰ ਕੁਰ ਕੇ ਦਿਓ ਹੋ ਗਿਆ ਜੀ ਠੀਕ ਹੈ ਨਾ ਅੱਛਾ ਹੁਣ ਅੱਗੇ ਤੁਸੀਂ ਆ ਜਾਓ ਰਿਆਸਤੇ ਪਾਕਿਸਤਾਨ ਬਮਕਾਬਲਾ ਇਮਰਾਨ ਖਾਨ ਤੁਸੀਂ ਆ ਤਿੰਨ ਚਾਰ ਦਿਨ ਤੋਂ ਵੇਖ ਰਹੇ ਹੋ ਕਿ ਕਿਸ ਕਿਸਮ ਦੀ ਕੌਮ ਨੇ ਤਿਆਰ ਕੀਤੀ ਇਹ ਕੌਮ ਉਸ ਤਿਆਰ ਕਰਨੀ ਸੀ ਜਿਵੇਂ ਡਾਕਟਰ ਇਸrar ਨੇ 30 35 ਸਾਲ ਪਹਿਲੇ ਨਹੀਂ ਸਿੱਖਿਆ ਕਿ ਇਸਰਾਇਲ ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਐਸਾ ਫਿਤਨਾ ਪੈਦਾ ਕਰੇਗਾ ਜਿਹੜਾ ਤੁਹਾਡੀ ਰਿਆਸਤ ਨੂੰ ਤੁਹਾਡੀ ਰਿਆਸਤ ਨੂੰ ਟੁਕੜੇ 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 ਕਰ ਦੇਗਾ ਔਰ ਉਸ ਫਿਤਨੇ ਦਾ ਨਾਮ Imran Khan ਇਸਰਾਇਲ Imran Khan ਨੂੰ ਪਿਛਲੇ 35 ਸਾਲ ਤੋਂ ਪਾਲ ਰਿਹਾ 35 ਸਾਲ ਤੋਂ ਇਸ ਪਾਕਿਸਤਾਨ ਦੇ ਛੋਟੇ-ਛੋਟੇ ਟੁਕੜੇ ਕਰਨੇ ਅਤੇ ਅਸੀਂ ਉੱਥੇ ਹੁਣ ਪਹੁੰਚ ਚੁੱਕੇ ਆ ਆ ਤੁਸੀਂ 3-4 ਦਿਨ ਤੋਂ ਵੇਖ ਨਹੀਂ ਤੇ ਕਿ ਇਜ਼ਰਾਈਲ ਦੀ ਮਦਦ ਦੇ ਨਾਲ ਉਹਨੇ ਕੈਸੀ ਕੌਮ ਤਿਆਰ ਕੀਤੀ ਪਾਕਿਸਤਾਨ ਵਿੱਚ ਤੁਸੀਂ ਆ ਆ ਤੁਸੀਂ ਵੇਹਣੋ 15-1600 2000 ਪਠਾਨੀ ਲੇਕਿਨ ਆਖਰ ਉਹ ਵੀ ਇਹਦੀ ਕੌਮ ਹੀ ਹੈ ਨਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਜੋ ਕਰ ਰਹੇ ਨੇ ਇਹਦੇ ਵਿੱਚ ਲਾਹੌਰੀਆਂ ਇੱਕ ਵੀ ਸ਼ਾਮਲ ਨਹੀਂ ਮੈਂ ਲਾਹੌਰੀਆਂ ਨੂੰ ਸਲਾਮ ਪੇਸ਼ ਕਰਨਾ ਲੇਕਿਨ ਜੋ ਇਸਰਾਇਲ ਕਰ ਰਿਹਾ ਜੋ ਡਾਕਟਰ ਸਰਾਰ ਨੇ ਕਿਹਾ ਔਰ ਜੋ ਮੈਂ ਕਹਿ ਰਿਹਾ ਪਿਛਲੇ ਕਈ ਸਾਲਾਂ ਤੋਂ ਕਿ ਇਹਦੇ ਜ਼ਿੰਮੇ ਪਾਕਿਸਤਾਨ ਤੋੜਨ ਦਾ ਮਿਸ਼ਨ ਲੱਗਾ ਹੈ ਇਹ ਕਿਸੇ ਦਾ ਏਜੰਟ ਹੈ ਅੱਜ ਅੱਲਾ ਦੇ ਫਜ਼ਲ ਨਾਲ ਵਾਜ਼ਿਆ ਹੋ ਰਿਹਾ ਨਾ ਮਿੱਠਾ ਜੀ ਤੇ ਜਿਹੜੀ ਇਹਨੇ ਕੌਮ ਤਿਆਰ ਕੀਤੀ ਹੈ ਪਿਛਲੇ 10 ਸਾਲਾਂ ਚ ਉਹ ਕੌਮ ਵੀ ਤੁਸੀਂ ਵੇਖ ਲਈ ਕਿ ਇਹ ਕਿਹੜੀ ਕੌਮ ਹੈ ਹੈਣ ਫਸਾਨੀ ਔਰ ਪਠਾਣੀ ਲੇਕਿਨ ਕੌਮ ਤੇ ਇਹਦੀ ਹੈ ਨਾ ਜਿਹੜੀ ਇਹਨੇ ਤਿਆਰ ਕੀਤੀ ਹੈ ਔਰ ਉਹੀ ਲੋਕ ਨੇ ਜਿਹੜੇ ਪਾਕਿਸਤਾਨ ਦਾ ਧੜਨ ਤਖਤਾ ਕਰ ਰਹੇ ਨੇ ਸਾਡੇ ਸਾਹਮਣੇ ਮਿਸਾਲ ਉੱਡ ਆ ਗਈ ਹੈ ਨਾ ਹੁਣ ਤੁਸੀਂ ਸਜੇ ਖਬੇ ਤੇ ਇਹਦੇ ਤੋਂ ਨਹੀਂ ਹੋ ਸਕਤੇ ਮਤਲਬ ਐਸੀ ਕੌਮ ਤਿਆਰ ਕੀਤੀ ਹੈ ਜਿਹੜੀ ਬੋਤਲ ਬੰਬ ਬਣਾ ਕੇ ਆਪਣੀ ਪੁਲਿਸ ਦੀਆਂ ਗੱਡੀਆਂ ਸਾੜ ਰਹੀ ਹੈ ਇਹ ਕੌਮ ਤੇ ਤਿਆਰ ਹੋ ਗਈ ਨਾ ਹੁਣ ਇਸਰਾਇਲ ਤੇ ਕਾਮਯਾਬ ਹੋ ਗਿਆ ਨਾ ਮਿੱਠਾ ਜੀ ਵੇਖੋ ਨਾ ਅਸੀਂ ਕਿਹਾ ਸੀ ਗ੍ਰਫਤਾਰ ਹੋ ਗਿਆ ਲੇਕਿਨ ਚੂਹੇ ਮਾਰ ਗੋਲੀਆਂ ਖਾ ਕੇ ਡਰਾਮਾ ਕਰਕੇ ਤੇ ਆਪਣੇ ਆਪ ਨੂੰ ਬਚਾ ਲਿਆ ਜਰਾ ਉਹਦੀ ਤੁਸੀਂ ਛਾਤਰ ਛਾਤਰਾਂ ਨਾਲ ਚਾਲ ਚੱਕ ਕਰ ਮਿੱਠਿਆ ਰਿਆਸਤ ਬਬ ਮੁਕਾਬਲਾ Imran Khan Niazi ਜ਼ਮਾਨ پارک ਮیدਾਨੇ ਜੰਗ ਬਣ ਗਿਆ ਪਾਕਿਸਤਾਨੀ ਪੁਲਿਸ ਔਰ ਨਿਆਜ਼ੀ ਦੇ ਤਾਲਬਾਨ ਆਮਣੇ ਸਾਹਮਣੇ ਮੈਂ ਪਿਛਲੇ 6 ਮਹੀਨੇ ਤੋਂ ਚੀਕ ਚੀਕ ਕੇ ਕਹਿ ਰਿਹਾ ਅਧਾਰਿਆਂ ਨੂੰ ਕਿ ਸਰ ਜੀ 22 300 ਤਾਲਬਾਨ ਉੱਥੇ ਬੈਠਾ ਅਫਗਾਨਿਸਤਾਨ ਤੋਂ ਆ ਕੇ ਔਰ ਉਹਨਾਂ ਕੋਲ ਆਟੋਮੈਟਿਕ ਹਥਿਆਰ ਨੇ ਉਹਨਾਂ ਕੋਲ ਟ੍ਰੇਨਿੰਗ ਹੈ ਉਹ 10 10 20 20 ਦਿਨ ਭੁੱਖੇ ਰਹਿ ਸਕਦੇ ਨੇ ਆਪਰੇਸ਼ਨ ਕਰਕੇ ਉਡਾ ਦਿਓ ਹਰਸ਼ਾ ਛੇਕ ਲੋ ਗੇਮ ਕੱਢ ਲੋ ਕੁਝ ਕਰ ਲੋ ਲੇਕਿਨ ਸਾਡੀ ਗੱਲ ਕਿਸੇ ਨੇ ਨਹੀਂ ਸੁਣੀ ਹੌਣ ਤੇ ਚਲੋ ਅਦਾਲਤ ਨੇ ਕਿਹਾ ਨਾ ਬੈਨੂੰ ਫੜ ਕੇ ਪੇਸ਼ ਕਰੋ ਲੇਕਿਨ ਤੁਹਾਡੀ ਇੰਟੈਲੀਜੈਂਸ ਕਿੱਥੇ ਆ ਉਹਦੇ ਘਰ ਰੋਜ਼ਾਨਾ 5 ਤੋਂ 10 ਕਰੋੜ ਰੁਪਇਆ ਕੈਸ਼ ਆ ਰਹੀ ਹੈ ਲਫਾਫਿਆਂ ਦੇ ਵਿੱਚ ਆ ਰਹੀ ਹੈ ਇੰਟੈਲੀਜੈਂਸ ਕਿੱਥੇ ਤੁਹਾਡੀ ਜਦੋਂ ਅੰਦਰੋਂ ਸਾਨੂੰ ਤਸਵੀਰਾਂ ਆਂਦੀਆਂ ਨੇ ਕਿਹਾ ਜਿੰਨੇ ਪੈਸੇ ਆਏ ਨੇ ਜਿੰਨੇ ਪੈਸੇ ਆਏ ਨੇ ਤੁਹਾਡੀ ਇੰਟੈਲੀਜੈਂਸ ਕਿੱਥੇ ਆ ਮਿਠਿਆ ਰਿਆਸਤ ਰਿਆਸਤ ਕਿੱਥੇ ਗਈ ਤੇਲ ਲੈਣ ਗਈ ਕਿ ਤੁਹਾਡੇ ਕੋਲੋਂ ਇੱਕ ਬਦਬਖਤ ਚੂਹਾ ਜਿਹੜਾ ਉਹ ਗ੍ਰਫਤਾਰ ਨਹੀਂ ਹੋ ਰਿਹਾ ਜਿਵੇਂ ਉਹ ਫਿਲਮ ਹੈ ਨਾ ਕਿ ਜਿਵੇਂ ਆਉਂਦਾ ਇੱਕ ਮੱਛਰ ਇੱਕ ਮੱਛਰ ਜਿਹੜਾ ਉਹ ਪੂਰੇ ਪੂਰੇ ਪਿੰਡ ਨੂੰ ਹੀ ਜਿਹੜਾ ਉਹਨੇ ਬਣਾ ਦਿੱਤਾ ਇੱਕ ਮੱਛਰ ਇੱਕ ਬੁੱਢਾ ਮੱਛਰ ਮੁਲਕ ਦੁਸ਼ਮਣ ਮੱਛਰ ਜਿਨੇ ਤੁਹਾਡੇ 52 ਕਰੋੜ ਦੇ ਆਵਾਮ ਦਾ ਕੱਖ ਨਹੀਂ ਛੜਿਆ ਔਰ ਤੁਸੀਂ ਕੁਝ ਨਹੀਂ ਕਰਦੇ ਇਹ ਵੀ ਇਹ ਸਾਨੂੰ ਪਤਾ ਹੈ ਕਿ ਇਹ ਅਦਾਲਤੀ ਹੁਕਮ ਹੈ ਇਹ ਕੋਈ ریاਸਤੀ ਪਰ ਆਪਰੇਸ਼ਨ ਨਹੀਂ ਇਹ ਵੀ ਆਵਾਮ ਨੂੰ ਅਸੀਂ ਨਾਲ ਨਾਲ ਦੱਸਨੇ ਆ ਕਿ ਇਹ ਕੋਈ ریاਸਤੀ ਆਪਰੇਸ਼ਨ ਨਹੀਂ ਇਹ ਅਦਾਲਤੀ ਹੁਕਮ ਹੈ ਔਰ ਅਦਾਲਤੀ ਹੁਕਮ ਦੇ ਵਿੱਚ ਤੁਸੀਂ ਤਸ਼ੱਦਦ ਨਹੀਂ ਕਰ ਸਕਦੇ ਜਿਹੜਾ ਕਿ ਉਹ ਨਹੀਂ ਕਰ ਰਿਹਾ ਔਰ ਆਪ ਮਾਰਾਂ ਖਾ ਰਿਆ ਨੇ ਮੈਨੂੰ ਹੈਰਾਨਗੀ ਇਹ ਵੇ ਅਦਾਲਤੀ ਹੁਕਮ ਦੇ ਉੱਤੇ ਮਾਰਾਂ ਖਾ ਰਿਆ ਨੇ ਮਾਰਦੇ ਨਹੀਂ ਪੈ ਉਹ ਮਾਰ ਨਹੀਂ ਸਕਦੇ ਕਿਉਂਕਿ ਆਰਡਰ ਹੈ ਕਿ ਜੁਡੀਸ਼ੀਅਲ ਜਿਹੜਾ ਹੁਕਮ ਹੁੰਦਾ ਉਹਦੇ ਤਸ਼ੱਦਦ ਨਹੀਂ ਹੋਣਾ ਤੁਸੀਂ ਮਾਰ ਨਹੀਂ ਸਕਦੇ ਹੋ ਨਾ ਜਾਂ ਉਹਦੇ ਕਿਸੇ ਬੰਦੇ ਨੂੰ ਤੁਸੀਂ ਮਾਰ ਖਾ ਸਕਦੇ ਹੋ ਮਾਰਨਾ ਨਹੀਂ ਇਹ ਜੁਡੀਸ਼ੀਅਲ ਆਰਡਰ ਮੈਂ ਸਮਝ ਨਹੀਂ ਰਿਹਾਸਤ ਕਿੱਥੇ ਚਲੋ ਉਹ ਤੇ ਇਸਲਾਮਾਬਾਦ ਪੁਲਿਸ ਤੇ ਉਹਨੂੰ ਗ੍ਰਿਫਤਾਰ ਕਰਨ ਆਈ ਅਦਾਲਤ ਨੇ ਕਿਹਾ ਰਿਆਸਤ ਕਿਉਂ ਨਹੀਂ ਉਹਨੂੰ ਪੂਰੀ ਸਪੋਰਟ ਦੇ ਰਹੀ ਫੌਜ ਕਿੱਥੇ ਆ ਮੇਰੀ ਵੱਡੇ ਵੱਡੇ ادارے ਕਿੱਥੇ ਨੇ ਇੰਟੈਲੀਜੈਂਸ ਕਿੱਥੇ ਆ ਉਸ ਤੋਂ ਬਾਅਦ ਜਿਹੜੀ ਖੁਫੀਆ ਏਜੰਸੀਆਂ ਨੇ ਉਹ ਕਿੱਥੇ ਆ ਉਸ ਤੋਂ ਬਾਅਦ ਉਹ ਨੈਕਟਾ ਕਿੱਥੇ ਆ ਉਹ ਸੀਆਈਡੀ ਕਿੱਥੇ ਆ ਸਾਰੇ ادارے ਤੁਸੀਂ ਕਿੱਥੇ ਕਿਉਂ ਨਹੀਂ ਤੁਸੀਂ ਇਸਲਾਮਾਬਾਦ ਪੁਲਿਸ ਨੂੰ ਪੂਰੀ ਪਿੱਛੇ ਲੇਅਰ ਇੱਕ ਫੋਰਸਾਂ ਦੀ ਦਿੰਦੇ ਤੁਸੀਂ ਚਾਹਾਂ ਪਾਸੇ ਦੋ ਦੋ ਟਰੱਕ ਫੌਜ ਦੇ ਖਿਲਾਰ ਦਿਓ ਗੱਲ ਖਤਮ ਹੋ ਗਈ ਅੰਦਰ ਪੁਲਿਸ ਜਾਏ ਉਹਨੂੰ ਫੜ ਕੇ ਲੈ ਜਾਏ ਕੱਲ ਰਾਤ ਤੇ ਉਹ ਨਸ ਗਿਆ ਨਾ ਉਹਨੇ ਕਿਹਾ ਜੀ ਮੈਂ ਤਾਂ ਖੁਦਕੁਸ਼ੀ ਕਰ ਲਈਏ ਮੈਂ ਚੂਹੇ ਮਾਰ ਗੋਲੀਆਂ ਖਾ ਲਈਆਂ ਚਮਾ ਪਾਸੇ 2 2 4 4 ਡਰਗ ਪਾਕ ਆਰਮੀ ਦੇ ਲਾਓ ਉੱਤੇ ਕਮਾਂਡੋ ਬਿਠਾ ਦਿਓ ਪੋਜੀਸ਼ਨਲ ਲੈ ਕੇ ਸਟੇਨਗਨਾ ਮਸ਼ੀਨ ਦੇ ਨਾਲ ਲੈ ਕੇ ਬਹਿ ਜਾਣ ਉੱਤੇ ਕਿਸੇ ਦੀ ਜਰੂਰਤ ਪੈਣੀ ਹੈ ਪੁਲਿਸ ਅੰਦਰ ਜਾਏ ਸਕੂਨ ਲਾ ਜਾ ਕਰੋ ਫੜ ਲਵੇ ਠੀਕ ਹੈ ਅੰਦਰ ਤਾਲਬਾਨ ਮੌਜੂਦ ਨੇ ਉੱਤੇ ਹੈਲੀਕਾਪਟਰ ਹੋਣ ਅਗਰ ਤਾਲਬਾਨ ਅੰਦਰ ਤੁਹਾਡੇ ਕਮਾਂਡੋਜ਼ ਦੇ ਨਾਲ ਕੋਈ ਬਤਮੀਜ਼ੀ ਕਰਦੇ ਨੇ ਤੇ ਉੱਤੋਂ ਗੋਲੇ ਸੱਠ ਅੱਲਾਹ ਲੈ ਤੇ ਖੈਰ ਸਲਾ ਰਿਆਸਤ ਰਿਆਸਤ ਮਾਂ ਜੈਸੀ ਹੁੰਦੀ ਹੈ ਔਰ ਰਿਆਸਤ ਦੇ ਇਹ ادارے ਜਿਹੜੇ ਨੇ ਉਹਨਾਂ ਦਾ ਕੰਮ ਹੁੰਦਾ ਕਿ ਇਸ ਮਾਂ ਦੀ ਹਫਾਜ਼ਤ ਕਰਨਾ ਸਮਝਦੀ ਮੈਨੂੰ ਆ ਰਹੀ ਹੁਣ ਪਾਕਿਸਤਾਨ ਦੀ ਪੁਲਿਸ ਨਹਤੀ ਪੁਲਿਸ ਔਰ ਨਿਆਜ਼ੀ ਦੇ ਤਾਲਬਾਨ ਜਿਹੜੇ ਨੇ ਆਮਨੇ ਸਾਹਮਣੇ ਉਹਨਾਂ ਕੋਲ ਹਥਿਆਰ ਨੇ ਆਟੋਮੈਟਿਕ ਉਹਨਾਂ ਕੋਲ ਪੈਟਰੋਲ ਬੰਬ ਨੇ ਉਹਨਾਂ ਕੋਲ ਸਾਰੇ ਉਹ ਬਾਰੂਦ ਨੇ ਗੁਲੇਲਾ ਨੇ ਪੈਟਰੋਲ ਬੰਬ ਨੇ ਸਾਰਾ ਕੁਝ ਜੋ ਉਹ ਪਾਕਿਸਤਾਨ ਦੀ ਫੌਜ ਬੱਚਿਆਂ ਸਕੂਲਾਂ ਮਦਰਸਿਆਂ ਚਰਚਾਂ ਦੇ ਵਿੱਚ ਸਕੂਲਾਂ ਦੇ ਵਿੱਚ ਧਮਾਕੇ ਕਰਦੇ ਰਹੇ ਉਹ ਟੀਮ ਹੈ ਜਿਹੜੀ ਉੱਥੇ ਬੈਠੀ ਹੈ ਜਿਨੇ 70000 ਪਾਕਿਸਤਾਨੀ ਸ਼ਹੀਦ ਕੀਤਾ ਉਹ ਟੀਮ ਸਾਰੀ ਜ਼ਮਾਨ ਪਾਰਕ ਚ ਬੈਠੀ ਹੈ ਇਸ ਟਾਈਮ ਤੇ ਆਧਾਰਿਆਂ ਨੂੰ ਵੀ ਪਤਾ ਇਹ ਕਲਦੇ ਨੇ ਪਰ ਹੱਤੀ ਪੁਲਿਸ ਬਗਾਰ ਕਿਸੇ ਹਥਿਆਰ ਤੋਂ ਬਗਾਰ ਕਿਸੇ ਗੱਲ ਤੋਂ ਅੱਗੋਂ ਪੈਟਰੋਲ ਬੰਮ ਵੀ ਤੁਹਾਡੇ ਤੇ ਪੈਣਾ ਮਿੱਠਾ ਜੀ ਵੇਖੋ ਨਾ ਤੁਸੀਂ ਅਜੀਬੋ ਗਰੀਬ ਮਾਮਲੇ ਦੇ ਵਿੱਚ ਅਸੀਂ ਫਸ ਗਏ ਹਾਂ ਇਸ ਵਾਸਤੇ ਜ਼ਮਾਨ ਪਾਰਸ ਨੂੰ ਮੈਦਾਨੇ ਜੰਗ ਬਣਾ ਦਿੱਤਾ ਗਿਆ ਇਸ ਨਿਆਜ਼ੀ ਨੇ ਇਹਦਾ ਅਸਲ ਚਿਹਰਾ ਤੁਹਾਡੇ ਸਾਹਮਣੇ ਵਾਜ਼ਿਹਾ ਹੋ ਚੁੱਕਿਆ ਕਿ ਇਹਦੇ ਵਾਲੀ ਵਾਰਸ ਕੌਣ ਨੇ ਇਹ ਆਪਣੇ ਆਖਰੀ ਇਹਦਾ ਮਿਸ਼ਨ ਜਾਰੀ ਹੈ ਇਸ ਪਾਕਿਸਤਾਨ ਦੇ ਟੁਕੜੇ ਕਰਨੇ ਨੇ ਪਾਕਿਸਤਾਨ ਦੇ ਵਿੱਚ ਇਹ ਕੌਮ ਨੇ ਬਣਾਈ ਹੈ ਜਿਹੜੀ ਤੁਸ ਤੁਹਾਨੂੰ ਨਜ਼ਰ ਆ ਰਹੀ ਹੈ ਹਰ ਰੋਜ਼ ਇਹ ਕੌਮ ਨੇ ਤਿਆਰ ਕੀਤੀ ਹੈ ਠੀਕ ਹੈ ਜੀ ਤੇ ਮੈਂ ਰਸਤੇ ਪਾਕਿਸਤਾਨ ਅੱਗੇ ਇਹ ਹੱਥ ਜੋ ਕਿ ਖੁਦਾ ਦਾ ਨਾਂ ਜੇ ਇਹ ਅਦਾਲਤ ਦੀ ਆਰਡਰ ਸਿਰਫ ਇਸਲਾਮਾਬਾਦ ਪੁਲਿਸ ਦਾ ਕੰਮ ਨਹੀਂ ਉਹ ਨਹੀਂ ਕਰ ਸਕਦੀ ਅੰਦਰ ਜੰਗ ਜੂ ਬੈਠੇ ਨੇ ਉਹਨਾਂ ਨੇ ਕਿੱਥੋਂ ਕਰਨਾ ਔਰ ਉੱਤੇ ਲਿਖਿਆ ਆ ਕਿ ਤਸ਼ੱਦਦ ਨਹੀਂ ਹੋਏਗਾ ਉਹ ਕਿਸ ਤਰ੍ਹਾਂ ਤਸ਼ੱਦਦ ਕਰ ਸਕਦੇ ਨੇ ਇਸ ਵਾਸਤੇ ਪੂਰੀਆਂ ਫੌਜਾਂ ਲਾਓ ਪੂਰੀਆਂ ਫੌਜਾਂ ਲਾਓ ਤਸ਼ੱਦਦ ਨਾ ਕਰੋ ਫੌਜਾਂ ਲਾਓ ਪੂਰਾ ਸਾਬਤਾ ਬਲਾ ਕੇ ਹੈਲੀਕਾਪਟਰ ਉੱਤੇ ਫੌਜੀ ਹੈਲੀਕਾਪਟਰ ਉੱਡਣ ਪੋਜੀਸ਼ਨਾਂ ਲੈ ਕੇ ਤਾਂ ਕਿ ਜਿਹੜੇ ਅੰਦਰ ਤਾਲਬਾਨ ਬੈਠੇ ਨੇ ਉਹ ਫੜਨ ਵਾਲੀ ਪਾਰਟੀ ਤੇ ਹਮਲਾ ਨਾ ਕਰਨ ਇਹਨੂੰ ਫੜ ਕੇ ਅਦਾਲਤ ਪੇਸ਼ ਕਰੋ ਇਹ ਕੋਈ ਤਰੀਕਾ ਨਹੀਂ ਕਿ ਨਾਤੀ ਪੁਲਿਸ ਨੂੰ ਤੁਸੀਂ ਉੱਥੇ ਛੱਡ ਦਿਓ ਤੇ ਜਿਹੜੀ ਕੌਮ ਇਹਨੇ ਤਿਆਰ ਕੀਤੀ ਏ ਉਹ ਪੈਟਰੋਲ ਬੰਬ ਆਪਣੀ ਪੁਲਿਸ ਤੇ ਮਾਰੀ ਜਾਏ ਆਪਣੀਆਂ ਗੱਡੀਆਂ ਸਾੜਿਆ ਜਾ ਦੋ ਦਰਜਨ ਪੁਲਿਸ ਵਾਲੇ ਸ਼ਹੀਦ ਹੋ ਚੁੱਕੇ ਉਹਨਾਂ ਦਾ ਬਦਲਾ ਕਿਸ ਲੈਣਾ ਉਹਨਾਂ ਦਾ ਪਰਚਾ ਤੁਸੀਂ ਕਿਹਦੇ ਤੇ ਦੇਣਾ ਏਸ ਇਮਰਾਨ ਨਿਆਜ਼ੀ ਤੇ ਤੇ ਇਸ ਵਾਸਤੇ ਰਿਆਸਤ ਜਿਹੜੀ ਉਹ ਇਕੱਠੀ ਹੋ ਕੇ ਯਕਮੁਸ਼ਤ ਹੋ ਕੇ ਇਸ ਫਿਤਨੇ ਦਾ ਖਾਤਮਾ ਕਰੋ ਇਹ ਬੜਾ ਵਿਗੜ ਚੁੱਕਿਆ ਹੈ ਕੈਂਸਰ ਦੀ ਤਰ੍ਹਾਂ ਵਿਗੜ ਚੁੱਕਿਆ ਪਾਕਿਸਤਾਨ ਵਿੱਚ ਤੇ ਪਾਕ ਫੌਜ ਨੂੰ ਮੈਂ ਇਹ ਕਹਿਣਾ ਕਿ ਮਿੱਠਾ ਜੀ ਸਾਰੇ ਕੰਮ ਛੱਡ ਦਿਓ ਇਹ ਫਿਤਨਾ ਅਗਰ ਤੁਸੀਂ ਖਤਮ ਕਰ ਲਿਆ ਤੇ ਪਾਕਿਸਤਾਨ ਜਿਹੜਾ ਹੈ ਇਹ ਸਕੂਨ ਔਰ ਅਮਨ ਦਾ ਗਹਿਵਾਰਾ ਬਣ ਜਾਏਗਾ ਖੁਦਾ ਦਾ ਨਾਮ ਹੈ ਕੁਝ ਸੋਚ ਲਓ ਬਹੁਤ ਸ਼ੁਕਰੀਆ